इस वीडियो नूं एंड तक जरूर देखियो। असी वादा करते हाँ कि यह वीडियो थोड़े रोंगटे खड़े कर देगी। अपने पिंड दा सारा यूथ उन्हां नाल। अच्छा ਇਹਦਾ ਵੀ ਹੈਗਾ ਹੱਲ ਆਪਣੇ ਕੋਲ। ਮੈਂ ਤੁਹਾਡੀ ਗੱਲ ਸਮਝਿਆ ਨਹੀਂ ਸਰਪੰਚ ਸਾਹਿਬ। ਕੌਣ ਕਰ ਸਕਦਾ ਆਪਣਾ ਇਹ ਕੰਮ? ਕੱਲ੍ਹ ਜਿਹੜਾ ਮੁੰਡਾ ਆਇਆ ਸੀ ਆਪਣੇ ਨਾਲ, ਉਹਨੂੰ ਬੁਲਾ ਕੇ ਲਿਖਿਆ, ਉਹੀ ਕਰ ਸਕਦਾ ਇਹ ਕੰਮ। ਉਹੀ ਲਿਆਂਦਾ ਬੁਲਾ ਕੇ। ਕੀ ਹਾਲ ਹੈ ਜੀ? ਕੀ ਹਾਲ ਕਰਨਾ? ਕਿੱਥੇ ਆਪਣੇ ਹਾਲ ਵਾਲੇ ਸਰਪੰਚ ਸਾਹਿਬ? ਉਹ ਮੁੱਛਾਂ ਨੂੰ ਗੇੜੇ ਦੇ ਰਿਹਾ ਉਹਨਾਂ ਦੇਖੇ ਅੰਦਰ ਯਾਰ। ਉਹ ਬਿੱਲੇ ਆ ਗਿਆ ਬਾਈ, ਆ ਗਿਆ। ਬਾਕੀ ਬਾਬਾ ਮੇਰ ਕਰੂਗਾ। ਸਹੀ ਗੱਲ ਹੈ। ਕੀ ਹਾਲ ਹੈ ਸਰਪੰਚ ਸਾਹਿਬ ਜੀ? ਠੀਕ ਹੋ? ਕੀ ਹਾਲ ਆ ਮੁੰਡਿਆ? ਉਹ ਠੀਕ ਹੈ, ਬੈਠੋ ਬੈਠੋ। ਜੇ ਤਾਂ ਸਮਝਾਤਾ ਸੀ ਕੰਮ ਮੁੰਡੇ ਨੂੰ? ਹਾਂਜੀ ਹਾਂਜੀ ਸਮਝਾਤਾ ਸੀ। ਹਾਂਜੀ ਹਾਂਜੀ ਜੇ ਤੈਨੂੰ ਬਾਕੀ ਦਾ ਮੁੰਡੇ ਨੂੰ ਦੱਸਤਾ ਹੋਣਾ ਕੰਮ ਸਾਰਾ, ਹੈ ਨਾ? ਕੰਮ ਆਪਣਾ ਟਾਈਮ ਨਾਲ ਹੋਣਾ ਚਾਹੀਦਾ। ਕੋਈ ਨਹੀਂ ਬਾਈ ਜੀ, ਹੋਜੂ ਕੰਮ ਤੁਹਾਡਾ, ਟੈਨਸ਼ਨ ਨਾ ਲਓ। ਜੱਦੀ ਸਰਪੰਚੀ ਆਪਣੀ ਇੱਦਾਂ ਨਹੀਂ ਜਾਣ ਦੇਣੀ। ਤੁਸੀਂ ਟੈਨਸ਼ਨ ਨਾ ਲਓ ਕਿਸੇ ਗੱਲ ਦੀ, ਮੈਂ ਹੈਗਾ। ਕੀ ਹਾਲ ਹੈ ਵੀਰ ਜੀ? ਠੀਕ ਹੋ? ਵਧੀਆ ਜੀ, ਵਧੀਆ।
ਬਈ ਮੈਂ ਯਾਰ ਤੈਨੂੰ ਸਿਆਣਿਆ ਨਹੀਂ ਯਾਰ ਬਈ ਆ ਫਿਰ ਵੀ ਤੇ ਆਪਣਾ ਘਰ ਹੈ ਯਾਰ ਅੱਛਾ ਉਹ ਦੁਕਾਨ ਕੋਲੇ ਹਾਂਜੀ ਹਾਂਜੀ ਅੱਛਾ 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 ਹਾਂ ਪਛਾਣ ਲਓ ਬਹਿ ਜਾ ਵੀ ਬਹਿ ਜਾ ਬਿੱਲੇ ਬਾਈ ਮੈਂ ਸੁਣਿਆ ਤੂੰ ਵੀ ਇਸ ਵਾਰੀ ਸਰਪੰਚ 'ਚ ਖੜਿਆ ਹਾਂ ਬਾਈ ਮੈਂ ਵੀ ਖੜਿਆ ਕੋਈ ਨਹੀਂ ਵੀਰੇ ਅਸੀਂ ਤੁਹਾਡੇ ਨਾਲ ਹੈ ਯਾਰ ਉਹ ਆਪਣੇ ਵਾਸਤੇ ਤਾਂ ਵਧੀਆ ਹੈ ਆਪਣਾ ਬੰਦਾ ਸਰਪੰਚ ਬਣ ਜੂਗਾ ਬਾਈ ਦੱਸੀ ਹੈ ਜੇ ਕਦੇ ਲੋੜ ਪਈ ਮੇਰੀ ਬਾਈ ਯਾਰ ਵੋਟਾਂ ਮੰਗਣ ਚੱਲੇ ਸੀ ਯਾਰ ਆਪਾਂ ਲੋਕਾਂ ਨੂੰ ਘਰ ਘਰ ਜਾ ਕੇ ਜਾਗਰੂਕ ਕਰਨਾ ਵੀ ਆਪਾਂ ਨੂੰ ਵੋਟਾਂ ਪਾਇਓ ਇਸ ਵਾਰੀ ਹਾਂ ਕੋਈ ਨਹੀਂ ਵੀਰੇ ਮੈਂ ਵੀ ਚੱਲਦਾ ਨਾਲ ਚੱਲ ਚੱਲੀਏ ਫਿਰ ਚਲੋ ਚਲਾ ਜਾ ਨਾ ਪੱਕਿਆ ਯਾਰਾਂ ਦੀ ਆਪਣਾ ਵੱਡਾ ਬਾਈ ਵੋਟਾਂ 'ਚ ਖੜਾ ਸਰਪੰਚ ਦੀ ਵੋਟ ਜ਼ਰੂਰ ਸਾਨੂੰ ਪਾਉਣੀ ਜੀ ਆਪਣਾ ਚੋਣ ਨਿਸ਼ਾਨ ਹੈਗਾ ਮਸ਼ੀਨ ਸਾਡੇ ਦੇਖੀ ਚੱਲ ਬਸ ਤੂੰ ਹੈਲੋ ਹਾਂਜੀ ਮੰਤਰੀ ਸਾਹਿਬ ਕੀ ਹਾਲ ਚਾਲ ਨੇ ਜੀ ਸਭ ਵਧੀਆ ਜੀ ਵਧੀਆ ਤੁਸੀਂ ਸੁਣਾਓ ਹਾਂਜੀ ਹਾਂਜੀ ਪੂਰਾ ਜ਼ੋਰ ਹੈ ਵੋਟਾਂ ਦਾ ਤੁਹਾਡੀ ਲੋੜ ਸੀ ਜੀ ਇੱਕ ਮੰਤਰੀ ਸਾਹਿਬ ਆਪਣਾ ਇਹ ਕੰਮ ਹੋਣਾ ਚਾਹੀਦਾ ਲੈ ਵੀ ਜਵਾਨਾ ਹੋ ਗਿਆ ਆਪਣਾ ਕੰਮ ਐਂ ਸੌਖੀ ਵੀ ਹੈ ਕਿਤੇ ਸਰਪੰਚੀ ਲੈਣੀ ਟਾਲ ਤੋਂ 10 ਸਾਲ ਸਰਪੰਚੀ ਹੋ ਗਈ ਆ ਪੂਰੀ ਮਿਲੇ ਮੈਂ ਕਿਹਾ ਹੀ ਸੀ ਨਾ ਆਪਣੇ ਨਾਲ ਧੱਕਾ ਨਾ ਹੋ ਜਾਏ ਯਾਰ ਉਹੀ ਗੱਲ ਹੋਈ ਯਾਰ ਸਾਲਾ ਨੇ ਕਿਹਾ ਉਹੀ ਰੱਦ ਕਰਾ ਦਿੰਦੇ ਯਾਰ ਕੀ ਹਾਲ ਵੀਰੇ ਕੀ ਗੱਲ ਵੀਰੇ ਮੂੰਹ ਗੱਲ ਕਰਕੇ ਬੈਠੇ ਵੀਰੇ ਅੱਜ ਆਪਣਾ ਫਿਰਨੀ ਵਾਲੇ ਘਰ ਰਹਿ ਗਏ ਸੀਗੇ ਅੱਛਾ ਮੈਂ ਆਪਾਂ ਉੱਥੇ ਚੱਲਦੇ ਹਾਂ ਨਹੀਂ ਜਾਣਾ ਯਾਰ ਕਿਉਂ ਵੀਰੇ ਕੀ ਗੱਲ ਹੋ ਗਈ ਸਾਡੇ ਐਂਟੀਪਾਰਟੀ ਵਾਲੇ ਨਹੀਂ ਸੀਗੇ ਹਾਂਜੀ ਉਹਨਾਂ ਨੇ ਯਾਰ ਬਿੱਲੇ ਬਾਈ ਦੇ ਕਾਗਜ਼ ਰੱਦ ਕਰਾ ਦਿੱਤੇ ਉਹਨਾਂ ਨੇ ਉਹ ਕਿਵੇਂ ਸਿਫਾਰਿਸ਼ ਚੱਲਦੀ ਯਾਰ ਉਹਨਾਂ ਦੀ ਚੱਲ ਕੋਈ ਨਾ ਬਾਬਾ ਨਾ ਸਰਪੰਚ ਦੇ ਫਾਰਮ ਤੈਨੇ ਵੀ ਭਰੇ ਸੀਗੇ ਮੇਰੇ ਨਾਲ ਆਪਣੀ ਇੱਕੋ ਹੀ ਗੱਲ ਹੈ ਜਦ ਮੈਂ ਖੜ ਗਿਆ ਤੂੰ ਖੜ ਗਿਆ ਉਹ ਹਾਂ ਯਾਰ ਮੈਂ ਤਾਂ ਭੁੱਲ ਹੀ ਗਿਆ ਸੀ ਗੁਰੂ ਫਾਰਮ ਦਾ ਮੈਂ ਵੀ ਭਰੇ ਸੀਗੇ ਸਰਪੰਚ ਸਾਹਿਬ ਸਾਰੀ ਗੇਮ ਪੁੱਠੀ ਪੈ ਗਈ ਉਹ ਕੀ ਹੋ ਗਿਆ ਹਜ਼ਾਰ ਉਹ ਜਿਹਦੇ ਆਪਾਂ ਕਾਗਜ਼ ਰੱਦ ਨਹੀਂ ਕਰਾਏ ਸੀ ਹਾਂ ਉਹਦੇ ਛੋਟੇ ਭਾਈ ਨੇ ਫਾਰਮ ਭਰੇ ਸੀ ਹੁਣ ਉਹ ਖੜਾ ਇਲੈਕਸ਼ਨਾਂ 'ਚ ਅੱਛਾ ਹੋਰ ਕੀ ਕਰਨਾ ਹੁਣ
ਬਲੂ ਨਾਲ ਦੇ ਕਿਹੜੇ ਕਿਹੜੇ ਘਰ ਰਹਿ ਗਏ ਵੋਟਾਂ ਮੰਗਣ ਵਾਲੇ? ਆ ਫਿਰ ਨਹੀਂ ਜਿਹੜੇ ਸਾਰੇ ਘਰ ਪਏ ਨੇ, ਸ਼ਾਮ ਨੂੰ ਆਉਣਗੇ ਉੱਥੇ। ਕਿੱਥੇ ਰਹਿ ਗਿਆ ਯਾਰ ਉਹ? ਲਾ ਯਾਰ ਫੋਨ ਉਹਨੂੰ, ਕਰ ਬਲਵਿੰਦਰ ਨੂੰ ਫੋਨ ਯਾਰ, ਵੋਟਾਂ ਮੰਗਣਾ ਹੋਰ ਯਾਰ, ਵੋਟਾਂ ਵਾਸਤੇ ਵੀ ਲੇਟ ਹੋ ਰਹੇ ਆ। ਹਲੋ ਬਲਵਿੰਦਰ, ਕਿੱਥੇ ਰਹਿ ਗਏ ਵੀਰੇ? ਯਾਰ ਵੋਟਾਂ ਮੰਗਣ ਵੀ ਜਾਣਾ ਆਪਾਂ ਨੇ, ਚੱਲ ਆ ਜਾ ਫਿਰ, ਤੇਰਾ ਵੇਟ ਕਰ ਰਹੇ ਸੀ। ਠੀਕ ਹੈ ਪੂਰੀ ਯਾਰ। ਜੇ ਤੁਹਾਨੂੰ ਸਾਡੀ ਇਹ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰ ਦਿਓ, ਸ਼ੇਅਰ ਕਰਿਓ, ਕਮੈਂਟ ਕਰਿਓ ਤੇ ਪਲੀਜ਼ ਆਪਣੀ ਵੀਡੀਓ ਨੂੰ ਸ਼ੇਅਰ ਕਰੋ ਵੱਧ ਤੋਂ ਵੱਧ, ਤਾਂ ਕਿ ਸਾਰਿਆਂ ਤੱਕ ਪਹੁੰਚ ਸਕੇ। ਬਾਈ ਜੀ ਬਹੁਤ ਮਿਹਨਤ ਲੱਗੀ ਹੈ ਜੀ, ਲਾਈਕ ਜ਼ਰੂਰ ਕਰਕੇ ਜਾਇਓ, ਮੋਟੀਵੇਸ਼ਨ ਮਿਲਦੀ ਆ। ਬਾਕੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਨਵੀਂ ਵੀਡੀਓ ਮਿਲ ਸਕਣ।